ਇੱਕ ਮੰਦਿਰ ਦੇ ਪੁਜਾਰੀ ਦੇ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਔਰ ਉਸ ਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਦੱਬ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਇਹ ਨੌਜਵਾਨ ਮੰਦਿਰ ਦੇ ਵਿੱਚ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਔਰ 2 ਦਿਨ ਤੋਂ ਲਾਪਤਾ ਸੀ। ਜਦੋਂ ਪੁਲਿਸ ਨੇ ਸਖਤੀ ਦੇ ਨਾਲ ਪੁਜਾਰੀ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਸਾਰੀ ਕਹਾਣੀ ਦੱਸੀ, ਨਾਲ ਹੀ ਇਹ ਦੱਸਿਆ ਕਿ ਉਸਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਪੁਲਿਸ ਨੇ ਹਵਨ ਕੁੰਡ ਨੂੰ ਪੁੱਟਿਆ ਤਾਂ ਥੱਲੇ ਨੌਜਵਾਨ ਦੀ ਲਾਸ਼ ਪਈ ਸੀ। ਬਾਹਰ ਕੱਢ ਕੇ ਸਰਕਾਰੀ ਹਸਪੀਟਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਜਿਉਂ ਹੀ ਇਹ ਖਬਰ ਸਥਾਨਕ ਲੋਕਾਂ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਥਾਣੇ ਮੂਹਰੇ ਇਕੱਠ ਹੋ ਗਿਆ। ਮਾਮਲਾ ਧੂਰੀ ਦਾ ਹੈ ਜਿੱਥੇ ਬੰਗਲਾ ਮੁਖੀ ਮੰਦਿਰ ਦੇ ਵਿੱਚ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ। 23 ਸਾਲ ਦੇ ਨੌਜਵਾਨ ਸੁਦੀਪ ਕੁਮਾਰ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ। 2 ਤਰੀਕ ਨੂੰ ਘਰ ਨਾ ਆਇਆ ਤਾਂ ਪਰਿਵਾਰ ਦੇ ਵੱਲੋਂ ਭਾਲ ਸ਼ੁਰੂ ਕੀਤੀ ਗਈ। ਮੰਦਿਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ 2 ਦਿਨ ਤੋਂ ਸੁਦੀਪ ਇੱਥੇ ਨਹੀਂ ਆਇਆ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਸ਼ੱਕ ਮੰਦਿਰ ਦੇ ਪੁਜਾਰੀ ਤੇ ਹੋਇਆ। ਜਦੋਂ ਉਸ ਨੂੰ ਸਖਤੀ ਦੇ ਨਾਲ ਤਾਂ ਉਸਦੇ ਮੂੰਹੋਂ ਸੱਚ ਨਿਕਲਿਆ। ਸਾਰੀ ਕਹਾਣੀ ਦੱਸਦੇ ਹੋਏ ਉਸਨੇ ਕਿਹਾ ਕਿ ਨੌਜਵਾਨ ਨੂੰ ਮਾਰ ਕੇ ਹਵਨ ਕੁੰਡ ਦੇ ਥੱਲੇ ਦੱਬ ਦਿੱਤਾ ਤਾਂ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਿਆ ਤੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਇਲਾਕੇ ਦੇ ਵਿੱਚ ਰੋਸ ਦੀ ਲਹਿਰ ਹੈ। ਥਾਣੇ ਦੇ ਬਾਹਰ ਲੋਕਾਂ ਦਾ ਇਕੱਠ ਹੋ ਗਿਆ ਔਰ ਪੁਲਿਸ ਦੇ ਵੱਲੋਂ ਮੰਦਿਰ ਦੇ ਪੁਜਾਰੀ ਅਤੇ ਮੁੱਖ ਪੁਜਾਰੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਤਾਂ ਦੱਸ ਦਈਏ ਕਿ ਮੰਦਿਰ ਦੇ ਪੁਜਾਰੀ ਦੇ ਵੱਲੋਂ ਇੱਕ ਨੌਜਵਾਨ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਉਸਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਦੱਬਿਆ ਗਿਆ। ਮਾਮਲਾ ਧੂਰੀ ਤੋਂ ਸਾਹਮਣੇ ਆਇਆ। ਬੰਗਲਾ ਮੁਖੀ ਮੰਦਿਰ ਦੇ ਵਿੱਚ ਇਸ ਕਤਲ ਕਾਂਡ ਨੂੰ ਪੁਜਾਰੀ ਅਤੇ ਉਸਦੇ ਸਾਥੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ। ਇੱਕ ਮੰਦਿਰ ਦੇ ਪੁਜਾਰੀ ਦੇ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਔਰ ਉਸਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਦੱਬ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਇਹ ਨੌਜਵਾਨ ਮੰਦਿਰ ਦੇ ਵਿੱਚ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਔਰ 2 ਦਿਨ ਤੋਂ ਲਾਪਤਾ ਸੀ। ਜਦੋਂ ਪੁਲਿਸ ਨੇ ਸਖਤੀ ਦੇ ਨਾਲ ਪੁਜਾਰੀ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਸਾਰੀ ਕਹਾਣੀ ਦੱਸੀ, ਨਾਲ ਹੀ ਇਹ ਦੱਸਿਆ ਕਿ ਉਸਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਪੁਲਿਸ ਨੇ ਹਵਨ ਕੁੰਡ ਨੂੰ ਪੁੱਟਿਆ ਤਾਂ ਥੱਲੇ ਨੌਜਵਾਨ ਦੀ ਲਾਸ਼ ਪਈ ਸੀ। ਬਾਹਰ ਕੱਢ ਕੇ ਸਰਕਾਰੀ ਹਸਪੀਟਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਜਿਉਂ ਹੀ ਇਹ ਖਬਰ ਸਥਾਨਕ ਲੋਕਾਂ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਥਾਣੇ ਮੂਹਰੇ ਇਕੱਠ ਹੋ ਗਿਆ। ਮਾਮਲਾ ਧੂਰੀ ਦਾ ਹੈ ਜਿੱਥੇ ਬੰਗਲਾ ਮੁਖੀ ਮੰਦਿਰ ਦੇ ਵਿੱਚ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ। 23 ਸਾਲ ਦੇ ਨੌਜਵਾਨ ਸੁਦੀਪ ਕੁਮਾਰ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ। 2 ਤਰੀਕ ਨੂੰ ਘਰ ਨਾ ਆਇਆ ਤਾਂ ਪਰਿਵਾਰ ਦੇ ਵੱਲੋਂ ਭਾਲ ਸ਼ੁਰੂ ਕੀਤੀ ਗਈ। ਮੰਦਿਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ 2 ਦਿਨ ਤੋਂ ਸੁਦੀਪ ਇੱਥੇ ਨਹੀਂ ਆਇਆ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਸ਼ੱਕ ਮੰਦਿਰ ਦੇ ਪੁਜਾਰੀ ਤੇ ਹੋਇਆ। ਜਦੋਂ ਉਸ ਨੂੰ ਸਖਤੀ ਦੇ ਨਾਲ ਤਾਂ ਉਸਦੇ ਮੂੰਹੋਂ ਸੱਚ ਨਿਕਲਿਆ। ਸਾਰੀ ਕਹਾਣੀ ਦੱਸਦੇ ਹੋਏ ਉਸਨੇ ਕਿਹਾ ਕਿ ਨੌਜਵਾਨ ਨੂੰ ਮਾਰ ਕੇ ਹਵਨ ਕੁੰਡ ਦੇ ਥੱਲੇ ਦੱਬ ਦਿੱਤਾ ਤਾਂ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਿਆ ਤੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਇਲਾਕੇ ਦੇ ਵਿੱਚ ਰੋਸ ਦੀ ਲਹਿਰ ਹੈ।
ਥਾਣੇ ਦੇ ਬਾਹਰ ਲੋਕਾਂ ਦਾ ਇਕੱਠ ਹੋ ਗਿਆ ਔਰ ਪੁਲਿਸ ਦੇ ਵੱਲੋਂ ਮੰਦਿਰ ਦੇ ਪੁਜਾਰੀ ਅਤੇ ਮੁੱਖ ਪੁਜਾਰੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਤਾਂ ਦੱਸ ਦਈਏ ਕਿ ਮੰਦਿਰ ਦੇ ਪੁਜਾਰੀ ਦੇ ਵੱਲੋਂ ਇੱਕ ਨੌਜਵਾਨ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਉਸ ਦੀ ਲਾਸ਼ ਨੂੰ ਹਵਨ ਕੁੰਡ ਦੇ ਥੱਲੇ ਦੱਬਿਆ ਗਿਆ। ਮਾਮਲਾ ਧੂਰੀ ਤੋਂ ਸਾਹਮਣੇ ਆਇਆ। ਬੰਗਲਾ ਮੁਖੀ ਮੰਦਿਰ ਦੇ ਵਿੱਚ ਇਸ ਕਤਲ ਕਾਂਡ ਨੂੰ ਪੁਜਾਰੀ ਅਤੇ ਉਸਦੇ ਸਾਥੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ।